ਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਬੀਬੀ ਜਗੀਰ ਕੌਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਬੀਬੀ ਜਗੀਰ ਕੌਰ ਦੀ ਲਗਾਤਾਰ ਅਟਕਲਾਂ ਤੇ ਸੀਗੀਆਂ ਕਿ ਅਕਾਲੀ ਦਲ ਦੇ ਵਿੱਚ ਉਹ ਮੁੜ ਤੋਂ ਵਾਪਸੀ ਕਰਨਗੇ, ਫਿਰ ਤੋਂ ਸੁਖਬੀਰ ਬਾਦਲ ਹੋਰ ਅਕਾਲੀ ਦਲ ਦੀ ਟੀਮ ਦੇ ਨਾਲ ਮੰਚ ਸਾਂਝਾ ਕਰਨਗੇ। ਹੁਣ ਇਸ ਖਬਰ ਤੇ ਮੋਹਰ ਲੱਗਦੀ ਨਜ਼ਰ ਆ ਰਹੀ ਹੈ। 14 ਤਰੀਕ ਨੂੰ, 14 ਮਾਰਚ ਨੂੰ ਸੁਖਬੀਰ ਬਾਦਲ ਖੁਦ ਬੇਗੋਵਾਲ ਜਾ ਕੇ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਕਰਾ ਸਕਦੇ ਨੇ। ਜਿਹੜਾ ਮਤਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਇਆ ਗਿਆ ਸੀਗਾ, ਜਿਹਦੇ ਨਾਲ ਸਾਰੀਆਂ ਸੇਵਾਵਾਂ ਬੀਬੀ ਜਗੀਰ ਕੌਰ ਦੀਆਂ ਵਾਪਸ ਲੈ ਲਈਆਂ ਗਈਆਂ ਸੀਗੀਆਂ, ਉਸ ਮਤੇ ਨੂੰ 14 ਮਾਰਚ ਨੂੰ ਰੱਦ ਕਰ ਦਿੱਤਾ ਜਾਊਗਾ, ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੰਚ 'ਤੇ ਹੀ ਆਪਣੀਆਂ ਸੇਵਾਵਾਂ ਨਿਭਾ ਸਕਣਗੇ ਔਰ ਪ੍ਰਚਾਰ ਕਰ ਸਕਣਗੇ, ਪੋਲੀਟੀਕਲੀ ਐਕਟਿਵ ਹੋ ਸਕਣਗੇ। ਹਾਲਾਂਕਿ ਬੀਬੀ ਜਗੀਰ ਕੌਰ ਤਾਂ ਹਮੇਸ਼ਾ ਕਹਿੰਦੇ ਨੇ ਕਿ ਮੈਂ ਪਾਰਟੀ ਨਹੀਂ ਛੱਡੀ, ਮੈਂ ਤਾਂ ਪਾਰਟੀ 'ਚੋਂ ਬਾਹਰ ਨਹੀਂ ਗਈ, ਪਰ ਅਕਾਲੀ ਦਲ ਨੇ ਮਤਾ ਪਾਸ ਕਰਕੇ ਬੀਬੀ ਜਗੀਰ ਕੌਰ ਦੀਆਂ ਸਾਰੀਆਂ ਡਿਊਟੀਜ਼ ਜਿਹੜੀਆਂ ਨੇ ਉਹ ਵਾਪਸ ਲੈ ਲਈਆਂ ਸੀਗੀਆਂ। ਜਿਸ ਵੇਲੇ SGPC ਦੇ ਇਲੈਕਸ਼ਨ ਹੋਏ ਸੀਗੇ, ਜਿਸ ਤਰ੍ਹਾਂ ਦੇ ਬਗਾਵਤੀ ਸੁਰ ਬੀਬੀ ਜਗੀਰ ਕੌਰ ਨੇ ਦਿਖਾਏ ਸੀਗੇ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਸੀਗੀ। ਪਰ ਹੁਣ ਇਹ ਕਿਹਾ ਜਾ ਰਿਹਾ ਕਿ ਜਿਵੇਂ ਵਾਰ-ਵਾਰ ਸੁਖਬੀਰ ਬਾਦਲ ਦੇ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਸੀਗੇ, ਉਹਨਾਂ ਲੀਡਰਾਂ ਤੋਂ ਮਾਫੀ ਮੰਗੀ ਗਈ, ਇਸੇ ਲੜੀ ਦੇ ਵਿੱਚ ਇੱਕ ਵਾਰ ਫਿਰ ਬੀਬੀ ਜਗੀਰ ਕੌਰ ਤੋਂ ਇਸੇ ਤਰ੍ਹਾਂ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਹੈ। ਔਰ 14 ਤਰੀਕ ਨੂੰ ਸੁਖਬੀਰ ਬਾਦਲ ਖੁਦ ਬੇਗੋਵਾਲ ਜਾ ਕੇ ਉਹਨਾਂ ਦੀ ਘਰ ਵਾਪਸੀ ਕਰਾਉਣਗੇ, ਉਹਨਾਂ ਨੂੰ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨਗੇ। ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਨੀਲ ਨੇ। ਨੀਲ, ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੰਚ 'ਤੇ ਬੀਬੀ ਜਗੀਰ ਕੌਰ ਵਿਖਾਈ ਦੇਣਗੇ? ਨੇ ਆਪਣੀ ਪਾਰਟੀ ਦਾ ਮਰਜਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰ ਲਿਆ ਸੀ, ਸੰਯੁਕਤ ਅਕਾਲੀ ਦਲ ਦਾ, ਕਿਉਂਕਿ ਜਦੋਂ ਬੀਬੀ ਜਗੀਰ ਕੌਰ ਦੀ ਮੁਅੱਤਲੀ ਹੋਈ ਸੀਗੀ, ਬਾਹਰ ਕੀਤਾ ਗਿਆ ਸੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਨੇ, ਤਾਂ ਉਸ ਤੋਂ ਬਾਅਦ ਉਹ ਸੁਖਦੇਵ ਸਿੰਘ ਢੀਂਡਸਾ ਧੜੇ ਦੇ ਨੇੜੇ ਆ ਗਏ ਸਨ। ਜਿੰਨੀਆਂ ਵੀ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸਨ ਉਹਨਾਂ ਚ ਵੀ ਵੇਖਣ ਨੂੰ ਮਿਲਦੇ ਸਨ, ਭਾਵੇਂ ਸ਼੍ਰੋਮਣੀ ਕਮੇਟੀ ਦੀਆਂ 2 ਵਾਰ ਚੋਣਾਂ ਹੋ ਗਈਆਂ ਨੇ, ਉਹਨਾਂ ਚ ਵੀ ਢੀਂਡਸਾ ਧੜਾ ਹੀ ਬੀਬੀ ਜਗੀਰ ਕੌਰ ਦੇ ਨਾਲ ਖੜਾ ਤੇ ਬੀਬੀ ਜਗੀਰ ਕੌਰ ਢੀਂਡਸਾ ਧੜੇ ਦੇ ਨਾਲ ਹੀ ਖੜੇ ਵਿਖਾਈ ਦੇਣ ਲੱਗ ਪਏ ਸਨ। ਹਾਲਾਂਕਿ ਓਫੀਸ਼ੀਅਲੀ ਕੀ ਸੀਗਾ ਉਹਨਾਂ ਦਾ ਕੀ ਨਹੀਂ ਸੀ ਇਹ ਤਾਂ ਪਤਾ ਨੀ, ਆਮ ਤੌਰ ਤੇ ਮੀਡੀਆ ਨੂੰ ਵੀ ਇਹ ਪ੍ਰਭਾਵ ਮਿਲਣ ਲੱਗ ਪਿਆ ਸੀ ਕਿਉਂਕਿ ਸ਼੍ਰੋਮਣੀ ਸੰਯੁਕਤ ਅਕਾਲੀ ਦਲ ਦਾ ਹਿੱਸਾ ਨੇ, ਜਿਸ ਤਰ੍ਹਾਂ ਦੀ ਉਹਨਾਂ ਦੀਆਂ ਗਤੀਵਿਧੀਆਂ ਹੋ ਗਈਆਂ ਸਨ ਢੀਂਡਸਾ ਧੜੇ ਦੇ ਨਾਲ, ਤਾਂ ਪ੍ਰਭਾਵ ਵੀ ਲਿਆ ਜਾਣ ਲੱਗ ਪਿਆ ਸੀ, ਕਿਸੇ ਨੂੰ ਓਫੀਸ਼ੀਅਲੀ ਪੁੱਛਣ ਦੀ ਕਰਨ ਦੀ ਲੋੜ ਹੀ ਨੀ ਪੈਂਦੀ ਸੀ। ਤਾਂ ਕਈ ਵਾਰ ਢੀਂਡਸਾ ਧੜੇ ਦੇ ਕਿਸੇ ਫੈਸਲੇ ਬਾਰੇ ਕੋਈ ਗੱਲ ਕਰਨੀ ਆ, ਕੋਈ ਖ਼ਬਰ ਲੈਣੀ ਆ, ਕੋਈ ਪੁਸ਼ਟੀ ਲੈਣੀ ਆ, ਸੁਭਾਵਿਕ ਤੌਰ ਤੇ ਬੀਬੀ ਜਗੀਰ ਕੌਰ ਨੂੰ ਪੁੱਛਦੇ ਰਹੇ ਆ, ਪੱਤਰਕਾਰ ਸਾਰੇ ਪੁੱਛਦੇ ਰਹੇ ਨੇ ਉਹਨਾਂ ਨੂੰ, ਤੇ ਉਹ ਵੀ ਉਹਨਾਂ ਦੇ ਵੱਲੋਂ ਜਿਹੜਾ ਹੈ ਜਵਾਬ ਦਿੰਦੇ ਰਹੇ ਨੇ। ਤਾਂ ਮੰਨਿਆ ਹੀ ਜਾ ਰਿਹਾ ਸੀ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਪਿਛਲੇ ਹਫ਼ਤੇ ਰਲੇਵਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਕਿ ਬੀਬੀ ਜਗੀਰ ਕੌਰ ਆਟੋਮੈਟਿਕਲੀ ਜਿਹੜਾ ਢੀਂਡਸਾ ਧੜੇ ਦੇ ਨਾਲ ਹੀ ਵਾਪਸ ਆ ਗਏ ਨੇ, ਪਰ ਉਸੇ ਦਿਨ ਹੀ ਤੁਹਾਨੂੰ ਯਾਦ ਹੋਏਗਾ ਦੈਨਿਕ ਸਵੇਰਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਫੋਨ ਲਾਈਨ ਦੇ ਉੱਤੇ ਲਾਈਵ ਦੇ ਵਿੱਚ ਇਹ ਗੱਲ ਕਹੀ ਕਿ ਮੈਂ ਨਾ ਤਾਂ ਸੰਯੁਕਤ ਅਕਾਲੀ ਦਲ ਦਾ ਹਿੱਸਾ ਹਾਂ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੀ ਆਪਣੇ ਆਪ ਨੂੰ ਸਮਝਦੀ ਹਾਂ, ਜਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਬਾਹਰ ਕੀਤਾ ਉਸ ਤਰੀਕੇ ਨਾਲ ਹੀ ਹੁਣ ਅੰਦਰ ਲੈਣਾ ਪੈਣਾ ਹੈ। ਜਿਹੜੀਆਂ ਉਸ ਵਕਤ ਦੀਆਂ ਜਿਹੜੀਆਂ ਗੱਲਾਂ ਸਨ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਆਸੀ ਦਖਲਬੰਦ ਕਰਨ ਦੀ ਹੈ, ਭਾਵੇਂ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਹੈ, ਬੇਅਦਬੀ ਦੇ ਮਾਮਲੇ ਦੀ ਹੈ, ਬੰਦੀ ਸਿੰਘਾਂ ਦੀ ਰਿਹਾਈਆਂ ਦੀ ਹੈ, ਤਾਂ ਇਹ ਉਹ ਗੱਲਾਂ ਮੇਰੀਆਂ ਹਾਲੇ ਵੀ ਮੌਜੂਦ ਨੇ, ਹਾਲੇ ਵੀ ਮੈਂ ਉਹ ਮੁੱਦਿਆਂ ਤੇ ਆ, ਤਾਂ ਆ ਕੇ ਮੇਰੀ ਉਹਨਾਂ ਗੱਲਾਂ ਦੇ ਉੱਤੇ ਜੇਕਰ ਅਕਾਲੀ ਦਲ ਇਹ ਕਹਿ ਦਿੰਦਾ ਹੈ ਕਿ ਅਸੀਂ ਇਹ ਗੱਲਾਂ ਨੂੰ ਜਸਟੀਫਾਈ ਕਰਦੇ ਹਾਂ ਜਾਂ ਇਹਨਾਂ ਮੁੱਦਿਆਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਅਸੀਂ ਜਿੰਨੀ ਰਾਜਨੀਤਿਕ ਸਫ਼ਰ ਹੈ, ਤਾਂ ਮੈਨੂੰ ਮੈਂ ਜਿਹੜਾ ਫਿਰ ਇੱਕ ਤਰ੍ਹਾਂ ਨਾਲੋਂ ਆਪਣਾ ਜਿਹੜੇ ਲੀਡਰ ਬੀਜੇਪੀ ਦੇ ਕਲੋਜ਼ ਸੀਗੇ, ਚਾਹੇ ਉਹ ਸੰਯੁਕਤ ਅਕਾਲੀ ਦਲ ਦਾ ਉਹਨਾਂ ਦੇ ਨਾਲ ਅਲਾਇੰਸ ਹੋਣਾ,
ਢੀਂਡਸਾ ਪਰਿਵਾਰ ਨੇ ਵਾਪਸੀ ਕਰ ਲਈ, ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਵੇਲੇ ਬੀਬੀ ਜਗੀਰ ਕੌਰ ਦੇ ਜਦੋਂ ਬਗਾਵਤੀ ਸੁਰ ਸਾਹਮਣੇ ਆਉਂਦਾ ਸੀ ਕਿਹਾ ਜਾਂਦਾ ਸੀਗਾ ਕਿ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਬੀਜੇਪੀ ਦੇ ਕਾਫੀ ਕਰੀਬ ਹੋ ਗਏ ਨੇ ਬੀਬੀ ਜਗੀਰ ਕੌਰ, ਤਾਂ ਲੱਗਦਾ ਕਿ ਜਦੋਂ ਹੁਣ ਗੱਠਜੋੜ ਦੀਆਂ ਚਰਚਾਵਾਂ ਤੇਜ਼ ਨੇ ਤਾਂ ਜਿਹੜੇ ਲੀਡਰ ਬਾਹਰ ਗਏ ਸੀਗੇ ਸ਼੍ਰੋਮਣੀ ਅਕਾਲੀ ਦਲ ਤੋਂ, ਮਜਬੂਰੀ ਵੀ ਉਹਨਾਂ ਦੀ ਵੀ ਬਣ ਗਈ ਕਿ ਉਹਨਾਂ ਨੂੰ ਹੁਣ ਵਾਪਸੀ ਕਰਨੀ ਪੈਣੀ ਹੈ। ਆਪਣਾ ਫਿਊਚਰ ਵੀ ਸੇਵ ਕਰ ਰਿਹਾ ਉਸੇ ਤਰ੍ਹਾਂ, ਇਹ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵੀ ਲਗਾਤਾਰ ਇਹ ਤਾਂ ਜਦੋਂ ਖੁੱਲੇ ਮੰਚ 'ਤੇ ਇਹੀ ਕਹਿਣ ਲੱਗ ਪਏ ਕਿ ਮੈਂ ਮਾਫ਼ੀ ਮੰਗਦਾ ਜਿਹੜੇ ਗਏ ਨੇ ਬਾਹਰ ਉਹ ਵੀ ਵਾਪਸ ਆ ਜਾਣ, ਤਾਂ ਫਿਰ ਮੈਨੂੰ ਲੱਗਦਾ ਕਿ ਇੱਕ ਰਸਤਾ ਜਿਹੜੇ ਬਗਾਵੀ ਸੁਰ ਸੀਗੇ ਲੀਡਰਾਂ ਦੇ ਜਿਹੜੇ ਬਗਾਵਤ ਕਰ ਰਹੇ ਸੀਗੇ ਬਾਗੀ ਹੋ ਗਏ ਸੀਗੇ ਉਹਨਾਂ ਲਈ ਵੀ ਇੱਕ ਪਲੇਟਫਾਰਮ 'ਤੇ ਇਹ ਬਣ ਗਿਆ ਕਿ ਚਲੋ ਪ੍ਰਧਾਨ ਮਾਫ਼ੀ ਮੰਗ ਰਹੇ ਤਾਂ ਆਪਾਂ ਜਾ ਸਕਦੇ, ਸੌਖਾ ਹੋ ਗਿਆ ਉਹਨਾਂ ਲਈ ਵੀ। ਬਿਲਕੁਲ ਨੀਲ, ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ। ਤਾਂ ਇੱਕ ਵਾਰ ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇਹ ਬੜੀ ਅਹਿਮ ਖਬਰ ਹੈ। 14 ਮਾਰਚ ਨੂੰ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਸਕਦੀ ਹੈ। ਜਿਹੜੇ ਮਤੇ ਦੇ ਨਾਲ ਬੀਬੀ ਜਗੀਰ ਕੌਰ ਨੂੰ ਮੁਅੱਤਲ ਕੀਤਾ ਗਿਆ ਸੀਗਾ ਉਸ ਮਤੇ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੱਦ ਕਰ ਦਿੱਤਾ ਜਾਊਗਾ, ਔਰ ਖੁਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਗੋਵਾਲ ਜਾ ਕੇ ਜਿੱਥੇ ਬੀਬੀ ਜਗੀਰ ਕੌਰ ਰਹਿੰਦੇ ਨੇ ਉੱਥੇ ਜਾ ਕੇ ਇਸ ਮਤੇ ਦੇ ਰੱਦ ਕਰਨ ਦਾ ਐਲਾਨ ਕਰਨ ਔਰ ਇੱਕ ਵਾਰ ਫਿਰ ਮੰਚ ਸਾਂਝਾ ਕਰ ਸਕਣਗੇ ਬੀਬੀ ਜਗੀਰ ਕੌਰ ਅਤੇ ਤਮਾਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੀਡਰਸ਼ਿਪ ਹੈ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।